ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਚਲੋ ਯਾਰ ਚਲੋ। ਆਦੇਸ਼ ਜਾਰੀ ਕੀਤੇ ਗਏ ਨੇ ਕਿ ਉਹਨਾਂ ਦੇ ਉੱਤੇ ਕਾਰਵਾਈ ਰਾਕੇਸ਼ ਗਰਗ, ਸੁਪਰੀਟੈਂਡਿੰਗ ਇੰਜੀਨੀਅਰ, ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਸੇ। ਤੋ ਇਹ ਵਾਲੀ ਜੋ ਅੱਜ ਕਾਰਵਾਈ ਹਮ ਕਰ ਰਹੇ ਹਾਂ, ਜੇ 2680 COCP ਹੈ, ਓਨੇਬਲ ਹਾਈ ਕੋਰਟ ਕਾ 2022 ਕਾ, ਉਸਮੇ ਆਰਡਰ ਹੁਆ ਕਿ ਹਮਨੇ 29-7 ਕੋ ਸਾਰਾ ਜੋ ਇੰਕਰੋਚਮੈਂਟ ਰਿਮੂਵ ਕਰਕੇ ਜੋ ਪਬਲਿਕ ਲੈਂਡ ਕੇ ਉੱਪਰ ਹੈ, ਓਨੇਬਲ ਕੋਰਟ ਮੇ ਹਮਨੇ ਐਫੀਡੇਟ ਫਾਈਲ ਕਰਨਾ ਹੈ। ਹਮਾਰੇ ਪ੍ਰਿੰਸੀਪਲ ਸੈਕਟਰੀ ਲੋਕਲ ਗਵਰਨਮੈਂਟ, ਉਹ ਇਸਮੇ ਪਾਰਟੀ ਹੈ, ਔਰ ਚੇਅਰਮੈਨ ਸਾਹਿਬ ਉਹ ਇਸਮੇ ਪਾਰਟੀ ਹੈ, ਐਗਜ਼ੈਕਟਿਵ ਆਫਿਸਰ ਉਹ ਇਸਮੇ ਪਾਰਟੀ ਹੈ, ਔਰ ਮੈਂ ਖੁਦ ਵੀ ਇਸਮੇ ਪਾਰਟੀ ਹੂੰ। ਹਮਨੇ ਸਭੀ ਨੇ ਆਪਣਾ ਐਫੀਡੇਟ ਫਾਈਲ ਕਰਨਾ ਹੈ ਕਿ ਹਮਨੇ ਸਾਰੀ ਇੰਕਰੋਚਮੈਂਟਸ ਰਿਮੂਵ ਕਰ ਦੀ ਹੈ ਪਬਲਿਕ ਲੈਂਡ ਸੇ। ਦਿਸ ਇਜ਼ ਦ ਇਸ਼ੂ। ਹਾਂ, ਤੋ ਹਮਨੇ ਇਨਕੋ ਸਮਝਾ ਦਿਆ ਕਿ ਹਮ ਡਿਊਟੀ ਮੈਜਿਸਟ੍ਰੇਟ ਕੀ ਵੇਟ ਕਰ ਰਹੇ ਹਾਂ ਕਿ ਇਨਕੋ ਸਮਝਾ ਦਿਆ ਕਿ ਵੀ ਆਪ ਆਪਣਾ ਕੰਟੈਂਪਟ ਆਫ ਕੋਰਟ ਮਤ ਕੀਜੀਏ, ਜੋ ਕੋਰਟ ਕੇ ਆਰਡਰ ਕੀ ਕੰਪਲਾਇੰਸ ਹੋ ਰਹੀ ਹੈ, ਇਸਮੇ ਅਬਸਟ੍ਰਕਟ ਮਤ ਕਰੇ ਹਮਾਰਾ ਕਾਮ, ਕਿਉਂਕਿ ਹਮਾਰੇ ਕਾਮ ਮੇਂ ਕੋਈ ਵਿਘਨ ਡਾਲੇਗਾ ਤੋ ਹਮ ਉਨਕੀ ਡਿਟੇਲ ਬਣਾ ਕੇ ਅਲੱਗ ਸੇ ਕੋਰਟ ਮੇਂ ਦੇਂਗੇ। 14 ਤਾਰੀਖ ਸੇ ਹਮ ਰੈਗੂਲਰ ਮਨਾਦੀ ਕਰਾ ਰਹੇ ਹੈ, ਪਬਲਿਕ ਨੋਟਿਸ ਹਮਨੇ ਜਗ੍ਹਾ ਜਗ੍ਹਾ ਪੇ ਲਗਾਏ ਹੈ। ਸਾਡੇ ਕੋਲ ਇੱਥੇ ਫਾਇਰ ਦੀ ਟੀਮ ਮੰਗਾਈ ਹੈ ਵੀ ਕਿਸੇ ਕਿਸਮ ਦਾ ਕੋਈ ਇੰਸੀਡੈਂਟ ਹੁੰਦਾ ਹੈ, ਗੁਜਰਾਤ ਗੈਸ ਤੋਂ ਵੀ ਬੁਲਾਏ ਨੇ, PSPCL ਤੋਂ ਵੀ ਅਸੀਂ ਟੀਮ ਬੁਲਾਈ ਹੋਈ ਹੈ, ਅਤੇ ਹੈਲਥ ਡਿਪਾਰਟਮੈਂਟ ਤੋਂ ਐਂਬੂਲੈਂਸ ਵੀ ਮੰਗਵਾਈ ਹੋਈ ਹੈ। ਲੋਕ ਬਹਿਸ ਰਹੇ ਨੇ, ਅਸੀਂ ਉਹਨਾਂ ਨੂੰ ਰਿਕੁਐਸਟ ਕਰ ਰਹੇ ਹਾਂ ਕਿ ਵੀ ਕੋਰਟ ਦਾ ਕੰਪਲਾਇੰਸ ਦੇ ਵਿੱਚ ਸਾਨੂੰ ਅਬਸਟ੍ਰਕਟ ਨਾ ਕਰੋ। ਡੈਫੀਨੇਟਲੀ ਹੋਏਗੀ ਜੀ, ਕਿਉਂ ਨਹੀਂ ਹੋਏਗੀ, ਸਾਡੇ ਕੋਲ ਆਪਸ਼ਨ ਨਹੀਂ। ਅਸੀਂ ਡਿਊਟੀ ਮੈਜਿਸਟ੍ਰੇਟ ਦੀ ਵੇਟ ਕਰ ਰਹੇ ਹਾਂ, 9 ਵਜੇ ਤੋਂ। ਨਹੀਂ, ਐਕਸ਼ਨ ਸਾਹਿਬ ਉਹਨਾਂ ਨਾਲ ਗੱਲ ਕਰ ਰਹੇ ਨੇ, ਅਤੇ ਹੀ ਮਸਟ ਬੀ ਹੈਵਿੰਗ ਰੀਜ਼ਨ, ਉਹਨੂੰ ਕੋਈ ਕਾਰਨ ਹੋਗਾ ਜਿਸ ਦੀ ਵਜ੍ਹਾ ਸੇ ਅਭੀ ਤੱਕ ਨਹੀਂ ਆਏ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਚਲੋ ਯਾਰ ਚਲੋ। ਆਦੇਸ਼ ਜਾਰੀ ਕੀਤੇ ਗਏ ਨੇ ਕਿ ਉਹਨਾਂ ਦੇ ਉੱਤੇ ਕਾਰਵਾਈ। ਰਾਕੇਸ਼ ਗਰਗ, ਸੁਪਰੀਟੈਂਡਿੰਗ ਇੰਜੀਨੀਅਰ, ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਸੇ। ਤੋ ਇਹ ਵਾਲੀ ਜੋ ਅੱਜ ਕਾਰਵਾਈ ਹਮ ਕਰ ਰਹੇ ਹਾਂ, ਜੇ 2680 COCP ਹੈ, ਓਨੇਬਲ ਹਾਈ ਕੋਰਟ ਕਾ,
2022 का, उसमें ऑर्डर हुआ है कि हमने 29/7 को सारा जो इंक्रोचमेंट रिमूव करके जो पब्लिक लैंड के ऊपर है ऑनरेबल कोर्ट में हमने एफिडेविट फाइल करना है। हमारे प्रिंसिपल सेक्रेटरी लोकल गवर्नमेंट वो इसमें पार्टी हैं और चेयरमैन साहब वो इसमें पार्टी हैं, एग्जीक्यूटिव ऑफिसर वो इसमें पार्टी हैं और मैं खुद भी इसमें पार्टी हूँ। हमने सभी ने अपना एफिडेविट फाइल करना है कि हमने सारी इंक्रोचमेंट्स रिमूव कर दी हैं पब्लिक लैंड से। दिस इज द इशू। हाँ तो हमने इनको समझा दिया कि हम ड्यूटी मजिस्ट्रेट की वेट कर रहे हैं कि इनको समझा दिया कि भी आप अपना कंटेम्प्ट ऑफ कोर्ट मत कीजिए, जो कोर्ट के ऑर्डर की कंप्लायंस हो रही है इसमें ऑब्स्ट्रक्ट मत करें हमारा काम, क्योंकि हमारे काम में कोई बिघन डालेगा तो हम उनकी डिटेल बना के अलग से कोर्ट में देंगे। 14 तारीख से हम रेगुलर मनादी करा रहे हैं, पब्लिक नोट्स हमने जगह जगह पर लगाए हैं। साढ़े को इतने फायर की टीम मंगाई है भी किसी किस्म का कोई इंसीडेंट होंगे, गुजरात गैस तो भी बुलाए ने, PSPCL तो भी असी टीम बुलाई हुई है, तो हेल्थ डिपार्टमेंट तो एम्बूलेंस भी मंगवाई हुई है। लोग बहस रहे ने, असी उन्होंने रिक्वेस्ट कर रहे हैं कि भी कोर्ट का कंप्लायंस दे विच सानू ऑब्सट्रक्ट ना करो। डेफिनेटली होएगी जी, क्यों नहीं होएगी, साढ़े को ऑप्शन नहीं है। अभी ड्यूटी मजिस्ट्रेट की वेट कर रहे हैं, 9 बजे तो नहीं एक्शन साहब उन्होंने गल कर रहे हैं तो ही मस्ट बी हैविंग रीजन, उनका कोई कारण होगा जिसकी वजह से अभी तक नहीं आए।